कैमरे अगे बैठी यह लड़की पुलिस प्रशासन नूं इंसाफ दी गुहार लगा रही है। दरअसल उसका दोष है कि एक नौजवान ने ब्याह दा चांसा दे के उस दे नाल 6 साल तक जबर जनाह कीता है, पर हुण उक्त नौजवान ब्याह तो मुकर गया है, जिस कारण वह दर दर दियां ठोकरां खाण लई मजबूर है। बकायदा उस वालों प्रेस वार्ता करके अपना दुखड़ा सुनाया गया। लड़की का कहना है कि लड़का रसूखदार परिवार तो है, जिस कारण उसकी सुनवाई नहीं हो रही। पुलिस का कहना है कि वह लड़के तो 6 साल वड्डी है, इसलिए पुलिस मामला दर्ज नहीं कर सकती। ਮਾਮਲਾ ਇਹ ਲੜਕਾ 6 ਸਾਲ ਤੋਂ ਮੇਰੇ ਨਾਲ ਰਹਿ ਰਿਹਾ ਸੀ, ਅਮਨਪ੍ਰੀਤ ਸਿੰਘ ਗਿੱਲ। ਕਿੱਥੋਂ ਦੇ ਰਹਿਣ ਵਾਲੇ ਜੀ? ਇਹ ਪਿੰਡ ਤਾਂ ਇਹਨਾਂ ਦਾ ਪਿੱਛਾ ਹੀ ਫੁੱਲੂ ਖੇੜੇ ਦਾ, ਅਤੇ ਰਹਿ ਰਿਹਾ ਟਰੱਕ ਜੂਨਾਂ ਦੀ ਬੈਕ ਸਾਈਡ 4 ਨੰਬਰ ਗਲੀ। ਕ੍ਰਿਸ਼ਨ ਜੀ ਇਹਨੇ ਮੈਨੂੰ ਪਤੀ ਪਤਨੀ ਤਰ੍ਹਾਂ ਰਹਿ ਰਿਹਾ ਸੀ, ਅਸੀਂ 6 ਸਾਲ ਤੋਂ ਜੀ ਇਹਨੇ ਮੈਨੂੰ ਆਪਣੀ ਪਤਨੀ ਬਣਾਇਆ ਸੀਗਾ। ਉਹਦੇ ਘਰਦਿਆਂ ਨੂੰ ਵੀ ਪਤਾ ਸੀਗਾ ਜੀ, ਮੇਰੇ ਘਰਦਿਆਂ ਨੂੰ ਵੀ ਪਤਾ ਸੀਗਾ ਜੀ। ਇਹਨੇ ਚੋਰੀ ਚੋਰੀ ਬਠਿੰਡੇ ਦੇ ਵਿੱਚ ਕੁੜੀ ਕਿਸੇ ਨਾਲ ਮੰਗਣੀ ਕਰਾਇਆ ਜੀ, 12ਵਾਂ ਮਹੀਨਾ 14 ਤਰੀਕ ਨੂੰ ਚੋਰੀ ਜਾ ਕੇ ਮੰਗਣੀ ਕਰਵਾ ਕੇ ਆਇਆ ਜੀ ਇਹ। ਅਤੇ ਜਦੋਂ ਮੈਂ ਇਹਨੂੰ ਪੁੱਛਿਆ ਅਤੇ ਕਹਿੰਦਾ ਮੈਂ ਹੁਣ ਮੰਗਣੀ ਕਰਵਾ ਲਈ, ਇਹ ਕਹਿੰਦਾ ਕਰ ਲਈ ਤੂੰ ਮੇਰਾ ਕੀ ਕਰਨਾ। ਇਹ ਆਉਂਦਾ ਸੀ ਸਾਰਾ ਦਿਨ ਸਾਰੀ ਰਾਤ ਮੇਰੇ ਘਰੇ ਰਹਿੰਦਾ ਸੀਗਾ ਜੀ। ਪੁਲਿਸ ਅਧਿਕਾਰੀਆਂ ਨੇ ਮੈਨੂੰ ਇਹ ਕਿਹਾ ਜੀ ਤੂੰ ਉਮਰ ਦੀ ਵੱਡੀ ਆ, ਲੜਕਾ ਉਮਰ ਦਾ ਛੋਟਾ, ਤੂੰ ਨੀਵੀਂ ਜਾਤ ਦੀ ਆ, ਉਹ ਜੱਟ ਜ਼ਿਮੀਂਦਾਰ ਆ ਅਤੇ ਤੇਰੇ ਇਹਦੇ ਨਾਲ ਨਹੀਂ। ਇਸ ਮਾਮਲੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਲਾਲ ਕ੍ਰਿਸ਼ਨ ਲੜਕੀ ਦੇ ਸਮਰਥਨ ਵਿੱਚ ਖੜਾ ਹੈ। ਲਾਲ ਕ੍ਰਿਸ਼ਨ ਮੁਤਾਬਕ ਪੁਲਿਸ ਇਸ ਮਾਮਲੇ ਵਿੱਚ ਟਾਲ ਮਲੋਟੋਲ ਵਾਲਾ ਰਵੱਈਆ ਅਪਣਾ ਰਹੀ ਹੈ। ਇਹ ਮਲੋਟਦਾ ਹੈ, ਲੜਕੀ ਹੈ ਸੁਖਦੀਪ ਕੌਰ ਜੀ। ਸਾਡੀ ਜਿਹੜੀ ਪਾਰਟੀ ਹੈ, ਲੋਕਾਂ ਦੀ ਪਾਰਟੀ ਹੈ, ਇਨਸਾਫ ਪਾਰਟੀ ਹੈ। ਆਹ ਦਰਖਾਸਤ ਹੈ SSP ਸਾਹਿਬ ਮੁਕਤਸਰ ਨੂੰ ਦਿੱਤੀ ਹੈ ਇਹਨਾਂ ਨੇ ਜੀ। ਇਹ ਦਿੱਤੀ ਹੈ ਜੀ 8/1/2019 ਨੂੰ, ਠੀਕ ਹੈ ਜੀ। SSP ਸਾਹਿਬ ਨੇ SP ਮਲੋਟ ਸਾਹਿਬ ਨੂੰ ਮਾਰਕ ਕਰਤੀ ਦਰਖਾਸਤ। SP ਮਲੋਟ ਸਾਹਿਬ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ 5 ਵਾਰੀ ਬੁਲਾਇਆ, ਪਰ ਬਿਆਨ ਤਹਰੀਰ ਨਹੀਂ ਹੋਇਆ। ਬੁਲਾ ਲੈਂਦੇ ਆ, ਭੇਜ ਦਿੰਦੇ ਆ, ਬੁਲਾ ਲੈਂਦੇ ਭੇਜ ਦਿੰਦੇ ਆ। ਭਾਅ ਜੀ ਇਹਨਾਂ ਨੇ ਇਹੀ ਲਿਖਿਆ ਵੀ ਦਰਖਾਸਤ ਹੀ ਮੇਰਾ ਬਿਆਨ ਸਮਝਿਆ ਜਾਵੇ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇੱਕ ਲੜਕੀ ਨਾਲ ਇਨਸਾਫ ਕੀਤਾ ਜਾਵੇ। ਕਹਿੰਦੇ ਨੇ ਲੋਕ ਪਿਆਰ 'ਚ ਅੰਨੇ ਹੋ ਜਾਂਦੇ ਨੇ ਅਤੇ ਗਲਤ ਰਸਤੇ ਵੱਲ ਤੁਰ ਪੈਂਦੇ ਨੇ। ਅੱਜ ਕੱਲ੍ਹ ਦੇ ਨੌਜਵਾਨ ਪਿਆਰ 'ਚ ਪੈ ਕੇ ਕਈ ਵਾਰ ਗਲਤ ਕਦਮ ਚੁੱਕ ਵੀ ਲੈਂਦੇ ਨੇ ਅਤੇ ਨੌਜਵਾਨ ਮੁੰਡੇ ਕੁੜੀਆਂ ਫਿਲਮਾਂ ਦੀ ਜ਼ਿੰਦਗੀ ਨੂੰ ਸੱਚ ਸਮਝ ਕੇ ਪਿਆਰ ਦੇ ਚੱਕਰਾਂ 'ਚ ਪੈ ਜਾਂਦੇ ਨੇ, ਜਿਸ ਦਾ ਨਤੀਜਾ ਬਹੁਤ ਭਿਆਨਕ ਹੁੰਦਾ ਹੈ। ਅਤੇ ਅਜਿਹਾ ਹੀ ਕੁਝ ਹੋਇਆ ਇਸ ਲੜਕੀ ਦੇ ਨਾਲ। ਸ਼੍ਰੀ ਮੁਕਤਸਰ ਸਾਹਿਬ ਤੋਂ ਇਹ ਸੁਸ਼ਾਂਤ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।